ਸਤਿ ਸ੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਤਖ਼ਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਸਾਬਕਾ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਮੌਜੂਦ ਨੇ। ਪੰਜਾਬ ਦੇ ਵਿੱਚ ਚੋਣਾਂ ਦਾ ਐਲਾਨ ਹੋ ਗਿਆ, ਇਲੈਕਸ਼ਨ ਕਮਿਸ਼ਨ ਨੇ ਚੋਣਾਂ ਦਾ ਐਲਾਨ ਕਰ ਦਿੱਤਾ ਆ। 10 ਮਾਰਚ ਨੂੰ ਇਹਦੇ ਨਤੀਜੇ ਆਉਣਗੇ ਅਤੇ 14 ਫਰਵਰੀ ਨੂੰ ਜਿਹੜੀਆਂ ਉਹ ਪੰਜਾਬ 'ਚ ਵੋਟਾਂ ਪੈਣੀਆਂ ਸ਼ੁਰੂ ਹੋਣਗੀਆਂ, ਇੱਕ ਪੜਾਅ ਦੇ ਵਿੱਚ ਹੋਏਗੀ। ਇਸ ਉੱਤੇ ਗੱਲਬਾਤ ਕਰਦੇ ਹਾਂ। ਬੀਜੇਪੀ ਕਹਿੰਦੀ ਹੈ ਕਿ ਅਸੀਂ ਡਬਲ ਇੰਜਨ ਸਰਕਾਰ ਬਣਾਉਣੀ ਹੈ ਇਸ ਵਾਰ ਪੰਜਾਬ ਦੇ ਵਿੱਚ। ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ। ਥੈਂਕ ਯੂ, ਬਹੁਤ ਧੰਨਵਾਦ ਜੀ ਸੁਖਵਿੰਦਰ ਜੀ। ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਤੁਸੀਂ ਆਪਣਾ ਸਮਾਂ ਦਿੱਤਾ। ਡਾਕਟਰ ਸਾਹਿਬ, ਕਿਸ ਤਰ੍ਹਾਂ ਦੇਖਦੇ ਹੋ, ਚੋਣ ਬਿਗਲ ਵੱਜ ਗਿਆ, ਬੀਜੇਪੀ ਪੱਬਾਂ ਭਾਰ ਹੈ ਕਿ ਸਰਕਾਰ ਐਤਕੀ ਸਾਡੀ ਹੀ ਬਣਨੀ ਹੈ ਤੇ ਬਣਨੀ ਵੀ ਡਬਲ ਇੰਜਨ ਹੈ? ਦੇਖੋ ਜੀ, ਸੁਪਨੇ ਲੈਣ ਦਾ ਹਰ ਇੱਕ ਨੂੰ ਅਧਿਕਾਰ ਹੈਗਾ, ਹਵਾਈ ਗੱਲਾਂ ਕਰਨ ਦਾ ਫਿਰ ਇੱਕ ਨੂੰ ਅਧਿਕਾਰ ਹੈ, ਕੋਈ ਕਿਸੇ ਨੂੰ ਰੋਕ ਨਹੀਂ ਸਕਦਾ, ਜਮਹੂਰੀਅਤ ਹੈਗੀ ਹੈ। ਪਰ ਜੇ ਮਤਲਬ ਮੈਨੂੰ ਨਹੀਂ ਸਮਝ ਆਉਂਦਾ ਕਿ ਬੀਜੇਪੀ ਕਿਸ ਆਧਾਰ ਤੇ ਐਡੇ ਬੜੇ ਦਮਗੇ ਜੇ ਮਾਰ ਰਹੀ ਹੈਗੀ ਹੈ, ਜਦਕਿ ਪੰਜਾਬ ਵਿੱਚ ਬੀਜੇਪੀ ਦਾ ਜਿਹੜਾ ਆਧਾਰ ਸੀ ਜਿੰਨਾ ਕੁ ਵੀ ਸੀਗਾ, ਉਹ GST ਤੋਂ ਬਾਅਦ ਤੇ ਨੋਟਬੰਦੀ ਤੋਂ ਬਾਅਦ ਜਿਹੜਾ ਵਪਾਰੀ ਵਰਗ ਤੇ ਜਿਹੜਾ ਹਿੰਦੂ ਵਪਾਰੀ ਵਰਗ ਚ ਜਾਂ ਮੰਡੀਆਂ ਚ ਜਾਂ ਵੱਡੇ ਸ਼ਹਿਰਾਂ ਚ ਆਧਾਰ ਸੀਗਾ, ਉਹਨੂੰ ਬਹੁਤ ਵੱਡਾ GST ਤੇ ਨੋਟਬੰਦੀ ਨੇ ਖੋਰਾ ਲਾਇਆ ਹੈਗਾ। ਲਗਾਤਾਰ ਜਿਹੜੇ ਸ਼ਹਿਰੀ ਲੋਕ ਹੈ ਤੰਗ ਹੈ, ਆ ਕਿਸਾਨੀ ਮਸਲੇ ਨਾਲ ਜੁੜ ਕੇ ਜਿਹੜਾ ਆੜ੍ਹਤੀਆ ਵਰਗ ਹੈ ਉਹ ਵੀ ਬਹੁਤ ਤੰਗ ਹੈਗਾ ਹੈ, ਔਰ ਬੀਜੇਪੀ ਆਪਣਾ ਆਧਾਰ ਪੰਜਾਬ 'ਚ ਬੜੀ ਤੇਜ਼ੀ ਨਾਲ ਗੁਆਇਆ ਹੈਗਾ ਹੈ, ਔਰ ਜਿੰਨਾ ਕੁ ਵੀ ਹਾਰਡ ਕੋਰ ਬੀਜੇਪੀ ਕਾਡਰ ਹੈਗਾ ਉਹ ਵੀ ਇਹਨਾਂ ਦਾ ਖਿਸਕਿਆ ਹੈਗਾ ਹੈ। ਜਿਹੜੇ ਨਵੇਂ ਮਤਲਬ ਬੰਦੇ ਪੰਜਾਬ ਨਾਲ ਗਦਾਰੀ ਕਰਕੇ ਜਾਂ ਪੰਜਾਬ ਨਾਲ ਮਤਲਬ ਧੋਖਾ ਕਰਕੇ ਜਾਂ ਪੰਜਾਬ ਵਿਰੋਧੀ ਸਟੈਂਡ ਲਾ ਕੇ ਜੋ ਨਵੇਂ ਇਹਨਾਂ ਦੇ ਚਹੇਤੇ ਪੈਦਾ ਹੋਏ ਨੇ, ਉਹਨਾਂ ਦਾ ਵੀ ਪੰਜਾਬ 'ਚ ਕੋਈ ਆਧਾਰ ਨਹੀਂ ਹੈਗਾ ਹੈ। ਢਿੰਡਸਾ ਸਾਹਿਬ ਦਾ ਇੱਕ ਅੱਧੀ ਪੋਕਟ 'ਚ ਹੋ ਸਕਦਾ, ਕੈਪਟਨ ਸਾਹਿਬ ਦਾ ਇੱਕ ਅੱਧੀ ਪੋਕਟ 'ਚ ਹੋ ਸਕਦਾ, ਉਹ ਵੀ ਨਾਮ ਨਿਹਾਦ ਜਿਹਾ ਆਧਾਰ ਹੈ। ਸੋ ਮੈਨੂੰ ਨਹੀਂ ਸਮਝ ਆਉਂਦੀ ਕਿ ਕਿਸ ਆਧਾਰ 'ਤੇ ਬੀਜੇਪੀ ਡਬਲ ਇੰਜਨ ਸਰਕਾਰ ਬਣਾਉਣ ਦੀ ਗੱਲ ਕਰ ਰਹੀ ਹੈ, ਜਦਕਿ ਡਬਲ ਇੰਜਨ ਸਰਕਾਰ ਜੇ ਮੰਨ ਲਓ ਜੇ ਤੁਸੀਂ ਇਸ ਤਰਕ ਨੂੰ ਮੰਨ ਵੀ ਲਿਆ ਜਾਵੇ ਤਾਂ ਆਪਾਂ ਦੇਖ ਲੈਂਦੇ ਹਾਂ ਕਿ ਮੱਧ ਪ੍ਰਦੇਸ਼, ਰਾਜਸਥਾਨ ਵਿੱਚ ਤੇ ਆਪਣਾ ਜਿਹੜੀ ਦੂਜੇ ਰਾਜ ਨੇ ਮੱਧ ਪ੍ਰਦੇਸ਼ ਵਿੱਚ, UP ਜਾਂ ਹੋਰ ਜਿੱਥੇ ਉੱਤਰਾਖੰਡ ਵਿੱਚ ਕਿੰਨੀ ਤਰੱਕੀ ਹੋਈ ਹੈ, ਜਿੰਨੀ ਭੁੱਖਮਰੀ, ਜਿੰਨੀ ਬੇਰੁਜ਼ਗਾਰੀ, ਜਿੰਨੀ ਮਤਲਬ ਜਿਹੜੀ ਮਤਲਬ ਮੰਦਹਾਲੀ ਹੈਗੀ ਹੈ ਇਹਨਾਂ ਰਾਜਾਂ ਵਿੱਚ ਹੈਗੀ, ਜੇ ਡਬਲ ਇੰਜਨ ਤਥਾ ਕਥਿਤ ਡਬਲ ਇੰਜਨ ਸਰਕਾਰਾਂ ਨੇ ਉਹ ਜੰਗ ਜ਼ਾਹਰ ਹੈਗੀ ਹੈ, ਉਹਨਾਂ ਦੀ ਹਾਲਤ ਕੋਈ ਚੰਗੀ ਨਹੀਂ ਹੈਗੀ ਹੈ। ਇਸ ਦੇ ਨਾਲ ਜਿਹੜੇ ਦੱਖਣ ਦੇ ਰਾਜ ਆ, ਚਾਹੇ ਉਹ ਕੇਰਲਾ ਹੈਗਾ, ਚਾਹੇ ਤਾਮਿਲਨਾਡੂ ਹੈਗਾ, ਜਿੰਨੇ ਵੀ ਮਨੁੱਖੀ ਵਿਕਾਸ ਦੇ ਮਤਲਬ ਮਾਡਲ ਹੈਗੇ ਆ ਜਾਂ ਮਨੁੱਖੀ ਵਿਕਾਸ ਦੇ ਸੂਚਕ ਅੰਕ ਹੈਗਾ ਹੈ, ਉਹ ਉਹਨਾਂ ਰਾਜਾਂ ਦਾ ਕਿਤੇ ਵੱਧ ਜ਼ਿਆਦਾ ਹੈਗਾ। UP ਵਰਗੇ ਪਛੜੇ ਹੋਏ, ਜਿਹੜਾ ਪਛੜਿਆ ਹੋਇਆ ਰਾਜ ਨਹੀਂ ਰੱਖਿਆ ਹੋਇਆ ਭਾਜਪਾ ਨੇ ਆਪਣੇ ਥੱਲੇ ਰੱਖ ਕੇ, ਜਾਂ ਹੋਰ ਜਿਹੜੇ ਰਾਜ ਨੇ ਜਿਹੜੇ ਪਛੜੇ ਹੋਏ ਨੇ ਉਹਨਾਂ ਦੇ ਮੁਕਾਬਲੇ, ਜਿੱਥੇ BJP ਹੈ ਨਹੀਂ, ਉਹਨਾਂ ਦੇ ਜਿਹੜੇ ਜਿਹੜਾ ਮਤਲਬ ਹਿਊਮਨ ਡਿਵੈਲਪਮੈਂਟ ਇੰਡੈਕਸ ਹੈ, ਜੈਂਡਰ ਡਿਵੈਲਪਮੈਂਟ ਇੰਡੈਕਸ ਹੈ, ਹੰਗਰ ਇੰਡੈਕਸ ਹੈ, ਉਹ ਕਿਤੇ ਬੈਟਰ ਹੈਗਾ ਭਾਜਪਾ ਦੇ ਡਬਲ ਇੰਜਨ ਸਰਕਾਰਾਂ ਦੇ ਇੰਡੈਕਸਾਂ ਨਾਲੋਂ। ਪਰ ਡਾਕਟਰ ਸਾਹਿਬ, ਇਹਨੂੰ ਕਿੱਦਾਂ ਦੇਖੀਏ ਕਿ ਬੀਜੇਪੀ ਕਹਿ ਰਹੀ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਪੰਜਾਬ ਨੂੰ ਵੱਡੇ ਤੋਹਫੇ, ਵੱਡੀਆਂ ਸੁਗਾਤਾਂ ਦੇਣੀਆਂ ਸੀ, ਕਹਿੰਦੇ ਕਾਂਗਰਸ ਨੇ ਰੋਕ ਦਿੱਤੀ। ਨਾਲੋਂ ਨਾਲ ਇਹ ਵੀ ਬਿਆਨ ਸਾਹਮਣੇ ਮੈਂ ਹਰਜੀਤ ਗਰੇਵਾਲ ਉਹਨਾਂ ਨੂੰ ਸੁਣ ਰਿਹਾ ਸੀ, ਉਹ ਕਹਿ ਰਹੇ ਸੀ ਕਿ ਮੁਲਤਵੀ ਹੋਈ ਹੈ ਪ੍ਰਧਾਨ ਮੰਤਰੀ ਸਾਹਿਬ ਦੀ ਰੈਲੀ, ਆਉਣ ਵਾਲੇ ਸਮੇਂ 'ਚ ਉਹ ਕਹਿੰਦੇ ਪੰਜਾਬ ਫੇਰ ਆਉਣਗੇ। ਪਰ ਹੁਣ ਤਾਂ ਚੋਣਾਂ ਸਿਰ ਦੇ ਉੱਤੇ ਆ ਗਈਆਂ, ਸਭ ਕੁਝ ਐਲਾਨ ਹੋ ਗਿਆ, ਕੋਈ ਰੈਲੀਆਂ ਨਹੀਂ, ਚੋਣ ਕਮਿਸ਼ਨ ਨੇ ਕਿਹਾ ਕਿ ਕੁਝ ਵੀ ਇਹੋ ਜਿਹਾ ਨਹੀਂ ਕਰਨਾ, ਕੀ ਉਹ ਵੀਡੀਓ ਕਾਨਫਰੰਸਿੰਗ ਜ਼ਰੀਏ ਆਉਣਗੇ ਜਾਂ ਕਿਸ ਤਰ੍ਹਾਂ ਦੀਆਂ ਸੁਗਾਤਾਂ ਪੰਜਾਬ ਉਮੀਦ ਰੱਖਦਾ ਉਹਨਾਂ ਤੋਂ? ਨਹੀਂ, ਪੰਜਾਬ ਤਾਂ ਚਾਹੁੰਦਾ ਕਿ ਸਾਡਾ ਸਾਰਾ ਕਰਜ਼ਾ ਮਾਫ਼ ਹੋਵੇ, ਪੰਜਾਬ ਦੀ ਕਿਸਾਨੀ ਜੋ ਕਰਜ਼ਾਈ, ਜੋ ਖੁਦਕਸ਼ੀਆਂ ਜੋ ਹੋ ਰਹੀਆਂ ਹੈਗੀਆਂ, ਸਾਰੀਆਂ ਜੋ ਸੈਂਟਰ ਦੀਆਂ ਨੀਤੀਆਂ ਹੈਗੀਆਂ ਜਾਂ ਪਿਛਲੇ 20-30 ਸਾਲਾਂ ਦੀਆਂ, ਜਿਸ ਤਰ੍ਹਾਂ ਪੰਜਾਬ ਦਾ ਪਾਣੀ ਖਤਮ ਕੀਤੇ, ਲੋਕਾਂ ਨੂੰ ਟਿਊਬਵੈਲ ਡੂੰਘੇ ਕਰਾਉਣ ਵਾਸਤੇ ਹਰ ਸਾਲ ਲੱਖਾਂ ਰੁਪਏ ਖਰਚਣਾ ਪਿਆ, ਜਿਸ ਤਰ੍ਹਾਂ ਜਿਣਸਾਂ ਦੇ ਉਚਿਤ ਭਾਅ ਨਹੀਂ ਦਿੱਤੇ, ਪੰਜਾਬ ਦੀ ਕਿਸਾਨੀ ਲਗਾਤਾਰ ਕਰਜ਼ਾਈ ਹੁੰਦੀ ਗਈ ਹੈ, ਤੇ ਪੰਜਾਬ ਨੇ ਸਾਰੇ ਮੁਲਕ ਦਾ ਢਿੱਡ ਭਰਿਆ ਮੋਟੇ ਅਨਾਜਾਂ ਦੇ ਮਾਮਲੇ 'ਚ, ਜਿਹੜਾ ਮੁਲਕ ਦੁਨੀਆ ਭਰ 'ਚ ਠੂਠਾ ਫੜ ਕੇ ਧਾਰਾ ਜਿਹੜੀਆਂ PL 480 ਦੀਆਂ ਸ਼ਰਮਨਾਕ ਸ਼ਰਤਾਂ ਤਹਿਤ ਅਮਰੀਕਾ ਦੀ ਗੋਡਣੀਆਂ ਗੋਡੀ ਪੈਂਦਾ ਸੀ, ਪੈਰੀ ਪੈਂਦਾ ਸੀ, ਉਸ ਭਾਰਤ ਨੂੰ ਮਾਣ ਨਾਲ ਸਿਰ ਉੱਚਾ ਚੱਕ ਕੇ ਮੋਟੇ ਨਾਜਾਂ ਦੀ ਪੈਦਾਵਾਰ 'ਚ ਆਤਮ ਨਿਰਭਰ ਬਣਾਇਆ ਨਹੀਂ, ਉਹਨੂੰ ਐਕਸਪੋਰਟ ਕਰਨ ਦੇ ਕਾਬਲ ਬਣਾਇਆ ਹੈਗਾ, ਉਹ ਪੰਜਾਬ ਦੀ ਜਿਹੜੀ ਬਾਂਹ ਫੜਨੀ ਹੈ, ਇਹਨਾਂ ਅਖਲਾਕੀ ਫਰਜ਼ ਬਣਦਾ, ਇਹਨੀ ਸਾਰੇ ਸਾਨ ਕਰਨਾ। ਜੇ ਕੋਈ ਚਾਹੀਦੀ ਸਰਕਾਰ ਹੋਵੇ ਤਾਂ ਆਪਣੇ ਲੋਕਾਂ ਦੀ ਕੁਰਬਾਨੀ ਦੀ ਕਦਰ ਪਾਵੇ, ਪੰਜਾਬ ਦੀ ਕੁਰਬਾਨੀ ਦੀ ਕਦਰ ਪਾਵੇ, ਪੰਜਾਬ ਨੇ ਆਪਣੀ ਮਿੱਟੀ ਤਬਾਹ ਕਰ ਲਈ, ਆਪਣੀ ਹਵਾ ਤਬਾਹ ਕਰ ਲਈ, ਆਪਣੇ ਪਾਣੀ ਖਤਮ ਕਰ ਲਏ, ਇਸ ਮੁਲਕ ਦਾ ਢਿੱਡ ਭਰਨ ਵਾਸਤੇ, ਇਸ ਮੁਲਕ ਦਾ ਨੰਗ ਚੁੱਕਣ ਵਾਸਤੇ, ਤੇ ਨਤੀਜਾ ਇਹ ਹੈਗਾ ਕਿ ਅੱਜ ਪੰਜਾਬ ਕਰਜ਼ਾਈ ਪੰਜਾਬ ਹੈ, ਖੁਦਕਸ਼ੀਆਂ ਕਰਦਾ ਪੰਜਾਬ ਹੈ, ਨਸ਼ਿਆਂ ਡੁੱਬਿਆ ਪੰਜਾਬ ਹੈ, ਜੇ ਉਹਦੀ ਕੋਈ ਮਦਦ ਕਰਨ ਦੀ ਗੱਲ ਕਰਦਾ ਤਾਂ ਖਿਲਾਫ ਦੇ ਕੇ ਜਾਣਾ ਮੋਦੀ ਨੇ।
ਨਾ ਮੋਦੀ ਸਾਹਿਬ ਨੇ ਖੁਰਾਕ ਸਾਨੂੰ ਖੁਰਾਕ ਦੇਣੀ ਹੈਗੀ ਹੈ, ਸਾਡਾ ਹੱਕ ਬਣਦਾ ਹੈਗਾ, ਸਾਡਾ ਹਿੱਸਾ ਕੇਂਦਰ ਵਿੱਚ। ਪੰਜਾਬ ਨੇ ਆਪਣੀ ਜਾਨ ਲਾਤੀ ਹੈਗੀ ਇਸ ਭਾਰਤ ਦੇ ਸੇਵਾ ਕਰਨ ਵਾਸਤੇ, ਚਾਹੇ ਡਿਫੈਂਸ ਦਾ ਖੇਤਰ ਹੈ, ਚਾਹੇ ਪੈਦਾਵਾਰ ਦਾ ਖੇਤਰ ਹੈ, ਚਾਹੇ ਕੋਈ ਜੰਗੇ ਆਜ਼ਾਦੀ ਦਾ ਖੇਤਰ ਹੈ, ਹਰ ਪਾਸੇ ਪੰਜਾਬ ਦੀ ਝੰਡੀ ਹੈਗੀ ਹੈ। ਤੇ ਉਸ ਪੰਜਾਬ ਨੂੰ ਜੋ ਕੋਈ ਚੀਜ਼ ਦੇਣੀ ਹੈਗੀ ਹੈ ਤਾਂ ਗਰੇਵਾਲ ਸਾਹਿਬ ਇਹ ਕਹਿ ਰਹੇ ਕਿ ਮੋਦੀ ਸਾਹਿਬ ਨੇ ਕੋਈ ਦਾਨ ਕਰਕੇ ਜਾਣਾ ਉਹਨੇ ਕੋਈ। ਬਿਲਕੁਲ ਹਾਂਜੀ ਜੀ ਡਾਕਟਰ ਸਾਹਿਬ, ਪਰ ਇਹ ਵੀ ਹੈ ਨਾ, ਚਲੋ ਠੀਕ ਹੈ ਕਿ ਪੰਜਾਬ ਦੀਆਂ ਮੰਗਾਂ ਪੰਜਾਬ ਦੇ ਮੁੱਦੇ ਨੇ, ਤੁਸੀਂ ਵੀ ਬੜੀ ਵਾਰੀ ਚੇਤੰਨ ਕੀਤਾ ਸਰਕਾਰਾਂ ਨੂੰ, ਪਰ ਜੀ ਬੀਜੇਪੀ ਨਾਲੋਂ ਨਾਲ ਇਹ ਵੀ ਗੱਲ ਦੀ ਉਮੀਦ ਰੱਖਦੀ ਹੈ ਕਿ ਜੇ ਪੰਜਾਬ ਨੂੰ ਉਹ ਸਭ ਕੁਝ ਦੇ ਦਿੱਤਾ ਜਾਂਦਾ ਹੈ ਜੋ ਪੰਜਾਬ ਮੰਗਦਾ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਦੇ ਮੂਡ ਤੇ ਡਿਪੈਂਡ ਆ, ਤੇ ਜੇ ਉਹ ਦੇ ਦਿੱਤਾ ਜਾਂਦਾ ਤਾਂ ਫਿਰ ਬੀਜੇਪੀ ਦੀ ਜਿਹੜੀ ਡਬਲ ਇੰਜਨ ਵਾਲੀ ਉਹ ਗੱਲ ਕਰਦੇ ਨੇ, ਉਹ ਕਿਸ ਹੱਦ ਤੱਕ ਕਬੂਲ ਹੋ ਜਾਏਗੀ? ਲੋਕ ਕਿਵੇਂ ਮੰਨਣਗੇ, ਲੋਕ ਕਿਵੇਂ ਇਹਨਾਂ ਵੱਲ ਹੋਣਗੇ? ਉਹ ਪੰਜਾਬ ਨੂੰ ਦੇਣ ਜੀ, ਪੰਜਾਬ ਨੂੰ ਖਰਾਬ ਸਮਝਣ, ਪੰਜਾਬ ਦਾ ਹੱਕ ਮੰਨ ਕੇ ਦੇਣ। ਉਹ ਜਿੰਨਾ ਪੰਜਾਬ ਨੇ ਦੇਸ਼ ਦੀ ਤਰੱਕੀ ਵਿੱਚ, ਦੇਸ਼ ਦੀ ਆਜ਼ਾਦੀ ਵਿੱਚ, ਦੇਸ਼ ਦੀ ਰੱਖਿਆ ਵਿੱਚ ਜੋ ਹਿੱਸਾ ਪਾਇਆ, ਪੈਦਾਵਾਰ ਜੋ ਹਿੱਸਾ ਪਾਇਆ, ਪੰਜਾਬ ਦਾ ਹੱਕ ਮੰਨ ਕੇ ਦੇਣ। ਉਸ ਤੋਂ ਬਾਅਦ ਪੰਜਾਬੀਆਂ ਦੀ ਮਰਜ਼ੀ ਹੈਗੀ ਹੈ ਕਿ ਜੇ ਉਹਨਾਂ ਨੂੰ ਮੋਦੀ ਸਾਹਿਬ ਦੀ ਇਹ ਗੱਲਾਂ ਚੰਗੀਆਂ ਲੱਗਦੀਆਂ ਜਾਂ ਜੋ ਜੋ ਦੇਣਗੇ ਉਹਨਾਂ ਦੇ ਪੰਜਾਬੀ ਸੰਤੁਸ਼ਟ ਹੁੰਦੇ ਆ, ਤਾਂ ਵੋਟਾਂ ਪਾਉਣ ਤੋਂ ਕਿਸੇ ਨੂੰ ਰੋਕ ਨਹੀਂ ਸਕਦਾ। ਤਾਂ ਪਰਦੇ ਦੇ ਓਹਲੇ ਜਿਹੜਾ ਮਰਜ਼ੀ ਬੰਦਾ ਭਾਜਪਾ ਨੂੰ ਵੋਟ ਪਾਵੇ, ਡਬਲ ਇੰਜਨ ਸਰਕਾਰ ਬਣਾਵੇ, ਸਾਨੂੰ ਕੀ ਇਤਰਾਜ਼ ਹੈਗਾ? ਮੈਂ ਗਾਂਧੀ ਨੂੰ ਕਿਉਂ ਇਤਰਾਜ਼ ਹੋਊਗਾ? ਅਸੀਂ ਤਾਂ ਚਾਹਾਂਗੇ ਕਿ ਪੰਜਾਬ ਚੰਗੀ ਸਰਕਾਰ ਆਵੇ ਜਿਹੜੀ ਪੰਜਾਬ ਦੇ ਸਾਰੇ ਮਸਲੇ ਹੱਲ ਕਰਕੇ ਜਾਵੇ। ਤੇ ਜੋ ਕੁਝ ਅੱਜ ਚੰਡੀਗੜ੍ਹ ਦੇ ਵਿੱਚ ਹੋਇਆ ਮੇਅਰ ਦੀ ਚੋਣ ਨੂੰ ਲੈ ਕੇ, ਉਹਨੂੰ ਕਿੱਦਾਂ ਦੇਖਦੇ ਹੋ? ਉੱਥੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਿ ਭਾਜਪਾ ਨੇ ਧੱਕਾ ਕਰਕੇ ਆਪਣੇ ਮੇਅਰ ਨੂੰ ਬਣਾਇਆ ਗਿਆ, ਉੱਥੇ ਇੱਕ ਵੋਟ ਦਾ ਕੋਈ ਚੱਕਰ ਪੈ ਗਿਆ ਸੀ। ਉਹ ਨਹੀਂ, ਜਿਹੜੀ ਇਨਵੈਲਿਡ ਵੋਟਾਂ ਹੈਗੀਆਂ ਇਹ ਬੜੀ ਤਰੀਕੇ ਨਾਲ ਬੰਦੇ ਬੰਦੇ ਖਰੀਦੇ ਜਾਂਦੇ ਹੈਗੇ, ਬੰਦੇ ਬਕਾਊ ਹੁੰਦੇ ਆ, ਬੰਦੇ ਸਾਂਠ ਗਾਂਠ ਕਰਦੇ ਹੈਗੇ ਆ। ਤੁਹਾਨੂੰ ਯਾਦ ਹੋਣਾ ਜਦੋਂ ਚੋਣ ਹੋਣੀ ਸੀਗੀ, ਮਿਸਟਰ ਸੁਭਾਸ਼ ਚੰਦਰ ਆਦਿ ਜਿਹੜਾ ਜੀ ਨਿਊਜ਼ ਦੇ ਐਡੀਟਰ ਮਾਲਕ ਹੈਗੇ ਆ, ਤਾਂ ਜਦ ਇਹ ਵੋਟਾਂ ਪੈਣੀਆਂ ਸੀ ਤਾਂ ਉਸ ਖਾਸ ਸ਼ਾਹੀ ਨਾਲ ਵੋਟਾਂ ਪਾਣੀਆਂ ਸੀ, ਤੇ ਇੱਕ ਬੰਦਾ ਜਾ ਕੇ ਉਹ ਗਲਤ ਦੂਜੀ ਸ਼ਾਹੀ ਨਾਲ ਵੋਟ ਪਾਇਆ ਆ, ਬਸ ਉਹ ਵੋਟ ਕੈਂਸਲ ਹੋ ਗਈ ਤੇ ਉਹਦੇ ਨਾਲੇ ਉਹ ਜਿੱਤ ਗਿਆ ਉਹ। ਇਹ ਚਾਲਾਂ ਹੁੰਦੀਆਂ, ਤਰੀਕੇ ਹੁੰਦੇ ਆ ਕਿ ਕਿਵੇਂ ਵੋਟ ਇਨਵੈਲਿਡ ਕਰਨੀ ਹੈ, ਕਿਵੇਂ ਵਿਰੋਧੀ ਧਿਰ ਨੂੰ ਫਾਇਦਾ ਦੇਣਾ ਹੈਗਾ। ਮੈਨੂੰ ਘਟਨਾ ਚੰਗੀ ਤਰ੍ਹਾਂ ਯਾਦ ਹੈ, ਇਲੈਕਸ਼ਨ ਕਮਿਸ਼ਨ ਤੱਕ ਮਾਮਲਾ ਗਿਆ ਸੀਗਾ, ਸੁਪਰੀਮ ਕੋਰਟ ਤੱਕ ਮਾਮਲਾ ਗਿਆ ਸੀਗਾ ਕਿ ਕਿਵੇਂ ਇੱਕ ਵੋਟ ਇਨਵੈਲਿਡ ਕਰਕੇ ਇਹ ਜਿੱਤੇ ਨੇ ਇਹ। ਪਰ ਤੁਹਾਨੂੰ ਕੀ ਲੱਗ, ਇਹ ਇਨਵੈਲਿਡ ਵੋਟ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਵੱਲੋਂ ਜਾਂ ਫਿਰ ਭਾਜਪਾ ਵੱਲੋਂ? ਕਿਉਂਕਿ ਆਮ ਆਦਮੀ ਪਾਰਟੀ ਤਾਂ ਕਹਿੰਦੀ ਹੈ ਕਿ ਇਹਨਾਂ ਨੇ ਪੰਜਾਬ ਨੂੰ ਗਲ ਜਾਣਾ ਭਾਜਪਾ ਨਾਲ, ਭਾਜਪਾ ਵਾਲਿਆਂ ਨੇ ਪੰਜਾਬ ਦੇ ਵਿੱਚ ਕਾਂਗਰਸ ਤੇ ਅਕਾਲੀ ਦਲ ਦੇ ਨਾਲ ਰਲ ਕੇ ਜਿਹੜਾ ਉਹ ਆਮ ਆਦਮੀ ਪਾਰਟੀ ਨੂੰ ਰੋਕਣ ਦੀ ਕੋਸ਼ਿਸ਼ ਕਰਨਗੇ। ਨਹੀਂ, ਦੇਖੋ ਜਿਹੜੀ ਇਨਵੈਲਿਡ ਵੋਟ ਦੇ ਬਾਰੇ ਆ ਗਿਆ, ਇਨਵੈਲਿਡ ਵੋਟ ਆਮ ਆਦਮੀ ਪਾਰਟੀ ਦੇ ਮੈਂਬਰ ਦੀ ਹੋਈ ਹੈ, ਉਹ ਮੀਡੀਆ ਡੋਮੇਨ ਚ ਆ ਗਿਆ ਹੈਗਾ ਹੈ। ਜੀ ਤੇ ਜੇ ਉਹਦੀ ਮੈਂਬਰ ਹੋਈ ਹੈ, ਚਾਹੇ ਉਹ ਨੇ ਮਤਲਬ ਬੀਜੇਪੀ ਨੇ ਇਸ ਗੱਲ 'ਚ ਮਾਮਲੇ 'ਚ ਪਹਿਲ ਕੀਤੀ ਹੈ ਸਾਂਠ ਗਾਂਠ ਕਰ, ਚਾਹੇ ਆਮ ਆਦਮੀ ਪਾਰਟੀ ਮੈਂਬਰ ਨੇ ਆਪਣੀ ਕਮਜ਼ੋਰੀ ਦਿਖਾਈ ਹੈ, ਮੈਂ ਇਸ ਬਹਿਸ 'ਚ ਨਹੀਂ ਕਹਿਣਾ ਚਾਹੁੰਦਾ। ਇਹ ਗੱਲ ਪੱਕੀ ਹੈ ਕਿ ਇਸ ਲੈਵਲ ਤੇ, ਜਿਸ ਲੈਵਲ ਤੇ ਵੋਟਿੰਗ ਹੁੰਦੀ, ਜਿੰਨੇ ਸੂਝਵਾਨ ਬੰਦੇ ਹੁੰਦੇ, ਆਮ ਵੋਟਰ ਕਿੰਨਾ ਸੂਝਵਾਨ, ਗਲਤ ਬਟਨ ਨਹੀਂ ਦੱਬਦਾ, ਬਹੁਤ ਘੱਟ ਚਾਂਸ ਹੁੰਦੇ ਆ ਕਿ ਲੱਖਾਂ ਦੀ ਗਿਣਤੀ 50-60 ਬਟਨ ਗਲਤ ਦੱਬੇ ਜਾਣ, ਤਾਂ ਇੱਕ ਜੇ ਇੱਕ ਕੌਂਸਲਰ ਵੋਟ ਨੂੰ ਇਨਵੈਲਿਡ ਕਰਦਾ ਹੈਗਾ ਹੈ ਤਾਂ ਇਹਦਾ ਮਤਲਬ ਹੈ ਕਿ ਉਹ ਕੌਂਸਲਰ ਜਾਣਬੁੱਝ ਕੇ ਕਰ ਰਿਹਾ ਹੈ। ਕੌਂਸਲਰ ਜਾਣਬੁੱਝ ਕੇ ਕਰ ਰਿਹਾ ਜੋ ਕੁਝ ਡਾਕਟਰ ਸਾਹਿਬ ਪਿਛਲੇ ਦਿਨਾਂ ਵਿੱਚ ਵਾਪਰਿਆ, ਪ੍ਰਧਾਨ ਮੰਤਰੀ ਸਾਹਿਬ ਨਾਲ ਜੋ ਕੁਝ ਹੋਇਆ, ਉਸ ਤੋਂ ਬਾਅਦ ਦੀਆਂ ਜਿਹੜੀਆਂ ਘਟਨਾਵਾਂ ਨੇ, ਉਹਦਾ ਅਸਰ ਪੰਜਾਬ ਦੀਆਂ ਵੋਟਾਂ ਤੇ ਜਾਂ ਯੂਪੀ ਦੇ ਇਲੈਕਸ਼ਨ ਦੇ ਉੱਤੇ ਕਿੱਦਾਂ ਦਾ ਦੇਖਦੇ ਹੋ? ਲੋਕਾਂ ਦਾ ਮਾਈਂਡਸੈਟ ਕੀ, ਪੰਜਾਬੀ ਇਸ ਗੱਲ ਨੂੰ ਮਤਲਬ ਕਿ ਹਜ਼ਮ ਕਰ ਲੈਣਗੇ ਕਿ ਜੋ ਕੁਝ ਇੱਥੇ ਹੋਇਆ? ਪੰਜਾਬੀ ਪੰਜਾਬੀ ਬਿਲਕੁਲ ਆਪਣੀ ਜਿਹੜੀ ਜਿਸ ਤਰ੍ਹਾਂ ਬੇਇੱਜ਼ਤੀ ਕਰਕੇ ਗਿਆ, ਜੋ ਸ਼ਬਦ ਵਰਤੇ ਨੇ, ਔਰ ਜਿਸ ਤਰ੍ਹਾਂ ਪੰਜਾਬ ਨੂੰ ਖੁੰਖਾਰ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਔਰ ਭਾਰਤ ਅੰਦਰ ਫੌਰੀ ਤੌਰ ਤੇ ਇਹਨਾਂ ਪੰਜਾਂ ਰਾਜਾਂ ਵਿੱਚ ਤੇ ਲੰਮੇ ਦਾ ਤੋਂ ਇੱਕ ਘੱਟ ਗਿਣਤੀ ਨੂੰ ਜੋ ਬੱਦੂ ਕਰਨਾ, ਬਦਨਾਮ ਕਰਨਾ, ਇੱਕ ਰਾਜ ਨੂੰ ਜਿਹੜੇ ਜਿਹੜੇ ਇਹਨਾਂ ਦੇ ਪਲਾਇੰਟ ਰਾਜ ਹੈ ਨਹੀਂ, ਜਿਹੜੇ ਇਹਨਾਂ ਦੇ ਕਹਿਣੇ 'ਚ ਰਾਜ ਹੈ ਨਹੀਂ, ਚਾਹੇ ਉੱਤਰ ਪੂਰਬੀ ਰਾਜ ਹੋਣ, ਚਾਹੇ ਉਹ ਦੱਖਣ ਦੇ ਕੁਛ ਰਾਜ ਹੋਣ ਤਾਮਿਲਨਾਡੂ ਵਰਗੇ, ਚਾਹੇ ਉਹ ਪੰਜਾਬ ਤੇ ਕਸ਼ਮੀਰ ਵਰਗੇ ਰਾਜ ਹੋਣ, ਉਹਨਾਂ ਰਾਜਾਂ ਨੂੰ ਲਗਾਤਾਰ ਬਦਨਾਮ ਕਰਨਾ ਤੇ ਹਿੰਦੂ ਬਹੁ ਗਿਣਤੀ ਨੂੰ ਲਗਾਤਾਰ ਉਹ ਇੱਕ ਲਗਾਤਾਰ ਇੱਕ ਤਕੜਿਆ ਕਰਦੇ ਜਾਣਾ ਜਾਂ ਉੱਧਰ ਇੱਕ ਇੱਕ ਨਫ਼ਰ ਦਾ ਮਾਹੌਲ ਪੈਦਾ ਕਰਨਾ, ਇਹ ਇਹਨਾਂ ਦਾ ਇਹ ਤਰੀਕਾਕਾਰ ਹੈਗਾ ਹੈ ਜਿਹੜਾ ਸਾਨੂੰ ਕਿਤੇ ਹੀ ਮਨਜ਼ੂਰ ਨਹੀਂ। ਪੰਜਾਬ ਸ਼ਾਨਾ ਮੱਤੀ ਕੌਮ ਹੈਗੀ ਹੈ, ਪੰਜਾਬੀ ਸ਼ਾਨਾ ਮੱਤੀ ਕੌਮ ਦੇ ਵਸ਼ਿੰਦੇ ਹੈਗੇ ਆ, ਪੰਜਾਬ ਨੇ ਕਦੀ ਨਾ ਈਣ ਮੰਨੀ ਹੈ ਅਜੇ, ਔਰ ਨਾ ਅਜਿਹੀਆਂ ਚਾਲਾਂ ਨੂੰ ਕਦੀ ਕਾਮਯਾਬ ਹੋਣ ਦਿੱਤਾ ਜੀ। ਬਿਲਕੁਲ, ਪਰ ਜੋ ਕੁਝ ਹੁਣ ਚਲੋ ਚੋਣਾਂ ਤਾਂ ਸਿਰ ਦੇ ਉੱਤੇ ਆ ਗਈਆਂ, ਕਾਂਗਰਸ ਤੇ ਵੀ ਝਾਤ ਮਾਰੀਏ ਕਿ ਜੋ ਕੁਝ ਕਹਿੰਦੇ ਸੀ ਕਿ ਸਾਡਾ ਮੁੱਖ ਮੰਤਰੀ ਬਦਲ ਕੇ ਅਸੀਂ ਬਹੁਤ ਕੁਝ ਕਰ ਦੇਣਾ, ਬੇਅਦਬੀ ਦੇ ਮੁੱਦੇ, ਨਸ਼ੇ ਦੇ ਮੁੱਦੇ, ਉਹ ਸਾਰੇ ਉਵੇਂ ਜਿਵੇਂ ਖੜੇ ਨੇ, ਬੇਰੁਜ਼ਗਾਰ ਉਵੇਂ ਹੀ ਹਾਹਾਕਾਰ ਮਚਾਉਂਦੇ ਫਿਰਦੇ ਨੇ, ਸਾਰਾ ਕੁਝ ਉਵੇਂ ਹੀ ਚੱਲ ਰਿਹਾ। ਅਜਿਹੇ ਵਿੱਚ ਤੁਸੀਂ ਪੰਜਾਬ ਦੇ ਨਤੀਜਿਆਂ ਨੂੰ ਜਾਂ ਪੰਜਾਬ ਦੇ ਚੋਣ ਮੈਦਾਨ ਨੂੰ ਕਿੱਦਾਂ ਦੇਖਦੇ ਹੋ? ਕੋਈ ਹੰਗ ਅਸੈਂਬਲੀ ਕੁਝ ਇਹੋ ਜਿਹਾ ਹੋਏਗਾ ਜਾਂ ਫਿਰ ਬਹੁਮਤ ਦੇ ਦੇਣੀ ਚਾਹੀਦੀ ਇੱਕ ਧੜੇ ਨੂੰ? ਕਿਉਂਕਿ ਜੋ ਕੁਝ ਚੰਡੀਗੜ੍ਹ ਦੇ ਵਿੱਚ ਹੋਇਆ ਤਾਂ ਉੱਥੇ ਜਿਹੜਾ ਰੌਲਾ ਰੱਪਾ ਪਿਆ
ਕਿਤੇ ਇਹ ਨਾ ਹੋਵੇ ਕੱਲ ਨੂੰ ਪੰਜਾਬ ਦੇ ਵਿੱਚ ਵੀ ਜਦੋਂ ਨਤੀਜੇ ਆਉਣਗੇ ਤੇ ਇੱਥੇ ਵੀ ਰੌਲਾ ਇਸੇ ਗੱਲ ਨੂੰ ਪੈ ਜਾਣਾ ਕਿ ਕੌਣ ਕਿਹਦੇ ਹੱਕ ਵਿੱਚ ਭੁਗਤਦਾ ਜੇ ਜਿਹੜੀ ਆ ਉਹ ਬਹੁਤ ਨਹੀਂ ਆਉਂਦੀ। ਜਿਹੜੀ ਐਬਸੋਲੂਟ ਮੈਜੋਰਟੀ ਆ ਬੜੀ ਖਤਰਨਾਕ ਚੀਜ਼ ਆ, ਆਪਾਂ ਦੇਖ ਲਿਆ ਹੈਗਾ, ਕੇਂਦਰ ਵਿੱਚ ਵੀ ਦੇਖ ਲਿਆ, ਕਈ ਵਾਰ ਦੇਖ ਲਿਆ, ਔਰ ਕਈਆਂ ਰਾਜਾਂ 'ਚ ਵੀ ਦੇਖ ਲਿਆ, ਜਿਹੜੀ ਐਬਸੋਲੂਟ ਹੈ ਉਹ ਜਿਹੜੀ ਨਿਰੰਕਸ਼ ਸੱਤਾ ਹੈਗੀ ਹੈ ਉਹ ਬੜੀ ਖਤਰਨਾਕ ਚੀਜ਼ ਹੈ। ਤੇ ਮੈਂ ਜੇ ਮੈਨੂੰ ਕਹੋਵੇ ਕਿ ਐਬਸੋਲੂਟ ਮੈਜੋਰਟੀ ਵਰਸਸ ਹੰਗ ਅਸੈਂਬਲੀ ਵਰਸਸ ਕੋਲੀਸ਼ਨ ਗਵਰਨਮੈਂਟ, ਆਈ ਵਿਲ ਫੇਵਰ ਕੋਲੀਸ਼ਨ ਗਵਰਨਮੈਂਟ ਇਨ ਪੰਜਾਬ। ਪਰ ਇਹਦੇ ਨਾਲ ਡਾਕਟਰ ਸਾਹਿਬ ਇਹਦੇ ਨਾਲ ਫਿਰ ਪੰਜਾਬ ਦਾ ਫਾਇਦਾ ਕਿੱਥੇ, ਕਿਉਂਕਿ ਦੋ ਧੜੇ ਜਦੋਂ ਵੱਖਰੇ ਵੱਖਰੇ, ਜਿਹੜਾ ਕੁਝ ਮਹਾਰਾਸ਼ਟਰ ਦੇ ਵਿੱਚ ਹੋਇਆ ਉੱਥੇ ਕਿੰਨਾ ਬੀਜੇਪੀ ਤੇ ਸ਼ਿਵ ਸੈਨਾ ਦਾ ਰੌਲਾ ਪਿਆ ਰਿਹਾ, ਹੁਣ ਵੀ ਮਾੜਾ ਮੋਟਾ ਕਿਤੇ ਨਾ ਕਿਤੇ ਭਾਵੇਂ ਐਨਸੀਪੀ ਨਾਲ ਗੱਠਜੋੜ ਕੀਤਾ, ਪਰ ਫਿਰ ਵੀ ਵਿੱਚੋਂ ਵਿੱਚੋਂ ਕੋਈ ਨਾ ਕੋਈ ਖਬਰਾਂ ਇਧਰੋਂ ਉਧਰੋਂ ਆਉਂਦੀਆਂ ਰਹਿੰਦੀਆਂ ਨੇ ਕਿ ਦੋਹਾਂ ਦੀ ਆਪਸ ਦੇ ਵਿੱਚ ਸ਼ਾਇਦ ਨਹੀਂ ਬਣਦੀ ਜਾਂ ਚਲੋ ਵੀ ਏਦਾਂ ਹੁੰਦਾ। ਇਹ ਤੁਹਾਡੀ ਗੱਲ ਠੀਕ ਹੈ ਕਿ ਮੈਂ ਮੰਨਦਾ ਕਿ ਕੇਂਦਰ ਵਿੱਚ ਜਦ ਤੱਕ ਮਤਲਬ ਯੂਪੀ ਦੀ ਸਰਕਾਰਾਂ ਨਹੀਂ ਆ, 2 ਵਾਰ 5 ਤੋਂ ਲੈ ਕੇ 12 ਦੇ 12 4 ਤੋਂ ਲੈ ਕੇ 9 ਤੇ 9 ਤੋਂ ਲੈ ਕੇ 14 ਤੱਕ ਅੰਦਰ ਮਨਮੋਹਨ ਸਿੰਘ ਹੋਰਾਂ ਦੀ ਪ੍ਰਧਾਨਗੀ ਹੇਠ ਉਹ ਤੱਕ ਜਿਹੜੇ ਸਖ਼ਤ ਫੈਸਲੇ ਸੀਗੇ ਜਾਂ ਮਤਲਬ ਜਿਹੜੇ ਲੋਕਾਂ ਦੇ ਵਿਰੋਧੀ ਫੈਸਲੇ ਸੀਗੇ ਉਹ ਨਹੀਂ ਲਏ ਗਏ, ਸਗੋਂ ਬਹੁਤ ਸਾਰੇ ਕਦਮ, ਚਾਹੇ ਉਹ ਮਨਰੇਗਾ ਹੋਵੇ, ਚਾਹੇ ਉਹ ਫੂਡ ਸਿਕਿਉਰਿਟੀ ਹੋਵੇ, ਚਾਹੇ ਉਹ ਮਤਲਬ ਕੰਪਲਸਰੀ ਐਜੂਕੇਸ਼ਨ ਹੋਵੇ, ਐਜੂਕੇਸ਼ਨ ਫਾਰ ਆਲ ਹੋਵੇ, ਚਾਹੇ ਉਹ ਹੋਰ ਇੱਦਾਂ ਦੇ ਫੈਸਲੇ ਹੋਣ, ਲੋਕ ਪੱਖੀ ਫੈਸਲੇ ਬਹੁਤ ਲੈ ਕੇ ਪ੍ਰੈਸ਼ਰ ਥੱਲੇ। ਤੇ ਅੱਜ ਮਤਲਬ ਜਦੋਂ ਨਿਰੰਕੁਸ਼ ਸੱਤਾ ਸਥਾਪਿਤ ਹੈ ਦਿੱਲੀ ਵਿੱਚ, ਅੱਜ ਕਿੱਦਾਂ ਦੇ ਫੈਸਲੇ ਲਏ ਜਾ ਰਿਹਾ ਉਹ ਮੇਰੇ ਦਿਮਾਗ 'ਚ ਉਹ ਗੱਲ ਜ਼ਿਆਦਾ ਹੈਗੀ ਹੈ, ਜਿਸ ਕਰਕੇ ਮੈਂ ਇਸ ਗੱਲ ਦਾ ਮੈਨੂੰ ਹੋਬੇ ਦਿਮਾਗ 'ਚ ਬੈਠ ਗਈ ਗੱਲ ਹੈ। ਪਰ ਇਹ ਗੱਲ ਤੁਹਾਡੀ ਗੱਲ ਠੀਕ ਹੈ ਕਿ ਪੰਜਾਬ 'ਚ ਇੱਕ ਜੇ ਧਿਰ ਜੇ ਸਰਕਾਰ ਬਣ ਜਾਵੇ ਤਾਂ ਪੰਜਾਬ ਵਾਸਤੇ ਵੱਧ ਵਧੀਆ ਲੜਾਈ ਲੜ ਸਕਦੀ ਹੈ, ਪਰ ਧਿਰ ਕਿਹੜੀ ਹੋਵੇ? ਅੱਜ ਦੀਆਂ ਹਾਲਤਾਂ ਜਿਸ ਤਰ੍ਹਾਂ ਚੰਨੀ ਸਾਹਿਬ ਨੇ ਸਟੈਂਡ ਲਿੱਤਾ ਹੈਗਾ ਔਰ ਜਿਸ ਤਰ੍ਹਾਂ ਅੱਜ ਦੇਸ਼ ਨੂੰ ਖਤਰਾ ਹੈਗਾ ਇੱਕ ਬਹੁਤ ਸੰਖਿਅਕਵਾਦੀ ਡਿਕਟੇਟਰਸ਼ਿਪ ਦਾ ਔਰ ਇੱਕ ਹਿੰਦੂ ਰਾਸ਼ਟਰ ਦੇ ਜੋ ਇੱਕ ਉਹਦਾ ਸੁਪਨਾ ਦੇਖਣਾ ਸ਼ੁਰੂ ਕਰਤਾ ਕੁਛ ਲੋਕਾਂ ਨੇ, ਜਿਸ ਤਰ੍ਹਾਂ ਦੀਆਂ ਸਪੀਚਾਂ ਹੋਈਆਂ ਨੇ ਧਰਮ ਸੰਸਦ ਵਿੱਚ, ਹਰਿਦੁਆਰ ਵਿੱਚ ਜਾਂ ਫਿਰ ਰਾਏਗੜ੍ਹ ਵਿੱਚ, ਜਾਂ ਜਿਸ ਤਰ੍ਹਾਂ ਇਸ ਵਾਰ ਈਸਾ ਮਸੀਹ ਦੇ ਜਨਮ ਦਿਨ ਤੇ ਮਤਲਬ ਈਸਾ ਮਸੀਹ ਦੇ ਜਿਹੜਾ ਦਿਨ ਈਸਾਈ ਭਰਾਵਾਂ ਦਾ ਜੋ ਦਿਹਾੜਾ ਕ੍ਰਿਸਮਸ ਹੈ ਉਹਦੇ, ਚਾਹੇ ਪਿੰਡ ਪਟੌਦੀ ਹੋਵੇ, ਚਾਹੇ ਉਹ ਆਸਾਮ ਹੋਵੇ, ਜਿਸ ਤਰ੍ਹਾਂ ਉਹਨਾਂ ਨੂੰ ਡਰਾਇਆ ਧਮਕਾਇਆ ਗਿਆ, ਉਹਨਾਂ ਧੱਕਾ ਕੀਤਾ ਗਿਆ, ਇਹ ਸਾਰੇ ਗਾਸੇ ਮੱਦੇ ਨਜ਼ਰ ਅੱਜ ਮੈਂ ਸਮਝਦਾ ਕਿ ਜਿਹੜੀ ਜਿਹੜੀ ਭਾਜਪਾ ਦੇ ਜੋ ਭਾਜਪਾ ਖੁਦ ਇਸ ਦੇ ਪੁਰਾਣੇ ਹਮਾਇਤੀ, ਇਸ ਦੇ ਨਵੇਂ ਹਮਾਇਤੀ ਤੇ ਇਸ ਦੇ ਲੁਕਵੇਂ ਹਮਾਇਤੀ, ਪੁਰਾਣੇ ਹਮਾਇਤੀਆਂ 'ਚ ਅਕਾਲੀ ਦਲ, ਨਵੇਂ ਹਮਾਇਤੀਆਂ 'ਚ ਢਿੰਡਸਾ ਸਾਹਿਬ ਤੇ ਰਾਜੇ ਸਾਹਿਬ ਦੀ ਜੋ ਇੱਕ ਜੋੜੀ ਬਣੀ ਹੈਗੀ ਹੈ, ਤੇ ਲੁਕਵੇਂ ਹਮਾਇਤੀ ਆਮ ਆਦਮੀ ਪਾਰਟੀ ਹੈ, ਇਹਨਾਂ ਨੂੰ ਹਰਾਉਣਾ ਚਾਹੀਦਾ ਪੰਜਾਬੀ ਲੋਕਾਂ ਨੂੰ ਔਰ ਪੰਜਾਬ ਦੀਆਂ ਸ਼ਾਨਾਂ ਦੇ ਮੁਤਾਬਕ, ਸ਼ਾਨ ਦੇ ਮੁਤਾਬਕ, ਸਰਬ ਸਾਂਝੀਵਾਲਤਾ ਦਾ ਜੋ ਹਰ ਧਰਮ ਦਾ ਹਰ ਇੱਕ ਵਰਗ ਦਾ ਸਤਿਕਾਰ ਕਰਦਾ ਹੈਗਾ, ਅਜਿਹੇ ਮਤਲਬ ਭਵਿੱਖ ਦੀ ਕਾਮਨਾ ਕਰਨੀ ਚਾਹੀਦੀ ਹੈ। ਬਿਲਕੁਲ, ਇਹਦੇ ਵਿਚਾਲੇ ਸੰਯੁਕਤ ਸਮਾਜ ਮੋਰਚਾ ਇੱਕ ਮੁਕਾਬਲਾ ਜਿਹੜਾ ਵੱਡਾ ਦੇਖਿਆ ਜਾ ਰਿਹਾ, ਜਨ ਅੰਦੋਲਨ ਦੇ ਨਾਲ ਕਹਿ ਸਕਦੇ ਹਾਂ ਕਿ ਮੁਕਾਬਲਾ ਆ ਰਵਾਇਤੀ ਸਿਆਸੀ ਪਾਰਟੀਆਂ ਦਾ, ਉਹਨਾਂ ਦਾ ਵੀ ਮਜ਼ਬੂਤ ਹੋਣਾ, ਹਾਲਾਂਕਿ ਹਾਲੇ ਤੱਕ ਉਹਨਾਂ ਨੇ ਕਲੀਅਰ ਨਹੀਂ ਕੀਤਾ ਕਿ ਕਿੱਥੋਂ ਕਿੱਥੋਂ ਕਿੰਨੇ ਕਿੰਨੇ ਚੋਣ ਲੜਨੀ ਹੈ, ਪਰ ਇੱਕ ਗੱਲ ਸਾਫ਼ ਹੈ ਕਿ ਆਮ ਆਦਮੀ ਪਾਰਟੀ ਦੇ ਨਾਲ ਨਹੀਂ ਜਾਣਾ। ਨਹੀਂ, ਬਹੁਤ ਵਧੀਆ ਗੱਲ ਹੈ ਜੀ, ਉਹ ਆਉਣਗੇ ਤਾਂ ਸਾਡੀ ਮਤਲਬ ਚੋਇਸ ਹੋਊਗੀ, ਘੱਟੋ ਘੱਟ ਡਾਕਟਰ ਗਾਂਧੀ ਦੀ ਚੋਇਸ ਹੋਊਗੀ ਜਾਂ ਮੇਰੇ ਵਰਗੇ ਲੋਕਾਂ ਦੀ, ਜਿਹੜੇ ਲੋਕੀ ਭਵਿੱਖ ਵਿੱਚ ਝਾਂਕ ਸਕਦੇ ਆ, ਭਵਿੱਖ ਵਿੱਚ ਦੇਖ ਸਕਦੇ ਆ, ਆਉਣ ਵਾਲੀ ਘਟਨਾਵਾਂ ਨੂੰ ਮਾੜਾ ਮੋਟਾ ਵੀ ਮਤਲਬ ਵਿਗਿਆਨਕ ਢੰਗ ਨਾਲ ਜਾਂ ਤਰਕ ਸੰਗਤ ਢੰਗ ਨਾਲ ਜੋ ਦੇਖਣ ਦੀ ਮਾੜੀ ਮੋਟੀ ਸਮਰੱਥਾ ਰੱਖਦੇ ਹੈਗੇ ਆ, ਤਾਂ ਉਹ ਲਾਜ਼ਮੀ ਤੌਰ ਤੇ ਜਿਹੜੀ ਸੰਯੁਕਤ ਸਮਾਜ ਮੋਰਚਾ ਉਹਦੀ ਜਿੱਥੇ ਵਧੀਆ ਸਾਰੇ ਕੈਂਡੀਡੇਟਾਂ ਦੀ ਜਿੱਥੇ ਮਤਲਬ ਨਹੀਂ ਖੜੇ ਕਰਨਗੇ, ਉੱਥੇ ਜਿੱਥੇ ਕਾਂਗਰਸ ਦੇ ਮੁਕਾਬਲਤਨ ਇਮਾਨਦਾਰ ਕੈਂਡੀਡੇਟ ਆ, ਸਿਰਫ ਉਹਨਾਂ ਦੀ ਮਦਦ ਕਰਕੇ ਅਸੀਂ ਪੰਜਾਬ ਵਿੱਚ ਇੱਕ ਸੁਥਰੇ ਲੋਕਾਂ ਨੂੰ ਚੁਣਨ ਦਾ ਮਤਲਬ ਕੋਸ਼ਿਸ਼ ਕਰਾਂਗੇ ਜੀ। ਜੀ ਡਾਕਟਰ ਸਾਹਿਬ, ਮੇਰਾ ਆਖਰੀ ਸਵਾਲ ਇਹ ਆ, ਇਹ ਤੁਹਾਡੇ ਬਾਰੇ ਆ ਕਿ ਲੋਕ ਚਾਹੁੰਦੇ ਨੇ ਕਿ ਡਾਕਟਰ ਗਾਂਧੀ ਸਿਆਸਤ ਦੇ ਵਿੱਚ ਸਰਗਰਮ ਹੋਣ, ਡਾਕਟਰ ਗਾਂਧੀ ਉਹਨਾਂ ਦੇ ਨੁਮਾਇੰਦੇ ਬਣਨ, ਜੇ ਤੁਹਾਨੂੰ ਸੰਯੁਕਤ ਸਮਾਜ ਮੋਰਚਾ ਜਾਂ ਫਿਰ ਕੋਈ ਵੀ ਇਹੋ ਜਿਹੀ ਧਿਰ ਜਿਹੜੀ ਇਮਾਨਦਾਰ ਪੱਖ ਤੋਂ ਤੁਹਾਨੂੰ ਲੈ ਕੇ ਪੰਜਾਬ ਦੇ ਵਿੱਚ ਵਿਚਰਨਾ ਚਾਹੁੰਦੀ ਹੈ, ਕੀ ਤੁਸੀਂ ਉਹਨਾਂ ਦੇ ਨਾਲ ਇਲੈਕਸ਼ਨ ਲੜਨ ਲਈ ਤਿਆਰ ਹੋ ਵਿਧਾਨ ਸਭਾ? ਨਹੀਂ, ਮੈਂ ਉਹਨਾਂ ਦੀ ਮਦਦ ਕਰਨ ਨੂੰ ਤਿਆਰ ਹੈਗਾ ਜੀ, ਆਪਣੀ ਸਿਹਤ ਦੀਆਂ ਸੀਮਤਾਈਆਂ, ਉਮਰ ਦੀਆਂ ਸੀਮਤਾਈਆਂ, ਆਈ ਐਮ 70+9, ਅੱਖਾਂ ਦੀ ਪ੍ਰੋਬਲਮ ਹੈ, ਹਾਰਟ ਦੀ ਪ੍ਰੋਬਲਮ ਹੈ, ਸ਼ੂਗਰ ਦੀ ਪ੍ਰੋਬਲਮ ਹੈ, ਜੋ ਲਾਈਫ ਸਟਾਈਲ ਹੈ ਕਾਫੀ ਉਹ ਬਚ ਕੇ ਚੱਲਣਾ ਪੈਂਦਾ ਹਰ ਤਰ੍ਹਾਂ ਨਾਲ ਜੀ, ਸਿਹਤ ਨੂੰ ਮਤਲਬ ਬੜੀ ਇਗਨੋਰ ਕੀਤੀ ਮੈਂ, ਸਿਹਤ ਕਾਫੀ ਸਫਰ ਕੀਤਾ ਸਿਹਤ ਦੇ ਮਾਮਲੇ, ਨਾ ਹੀ ਪਰਿਵਾਰ ਉਸ ਤਰ੍ਹਾਂ ਮੈਨੂੰ ਇਜਾਜ਼ਤ ਦਿੰਦਾ, ਹੁਣ ਪਰਿਵਾਰ ਦੀ ਵੀ ਸਪੋਰਟ ਹੋਣੀ ਬਹੁਤ ਜ਼ਰੂਰੀ ਹੈ, ਜਿਹੜੀ ਪਹਿਲਾਂ ਮੈਨੂੰ ਮਿਲਦੀ ਸੀਗੀ ਹੁਣ ਉਹ ਵੀ ਨਹੀਂ ਮਿਲ ਰਹੀ, ਪਰ ਫਿਰ ਵੀ ਮੈਂ ਮੌਜੂਦਾ ਚੋਣਾਂ 'ਚ ਵੀ ਅਤੇ ਇਸ ਤੋਂ ਬਾਅਦ ਜ਼ਿੰਦਗੀ ਦੇ ਅਖੀਰਲੇ ਸਾਹ ਤੱਕ ਇੱਕ ਚੰਗੀ ਸੁਥਰੀ ਅਤੇ ਸਾਫ਼ ਸੁਥਰੀ ਅਤੇ ਇੱਕ ਤੰਦਰੁਸਤ ਸਿਆਸਤ ਵਾਸਤੇ, ਇੱਕ ਧਰਮ ਨਿਰਪੱਖ ਸਿਆਸਤ ਵਾਸਤੇ ਆਪਣਾ ਜੀਵਨ ਜ਼ਰੂਰ ਲਗਾਵਾਂਗਾ ਜੀ। ਮੈਨੂੰ ਜਾਂਦੇ ਜਾਂਦੇ ਥੋੜ੍ਹਾ ਇਹ, ਮੈਂ ਚਾਹੁੰਦਾ ਕਿ ਜਿਹੜੇ ਪੰਜਾਬ ਦੇ ਲੋਕ ਨੇ ਉਹ ਤੁਹਾਨੂੰ ਸੁਣਦੇ ਨੇ, ਤੁਹਾਡੀ ਮੰਨਦੇ ਵੀ ਨੇ, ਉਮੀਦ ਕਰਦੇ ਨੇ ਕਿ ਪੰਜਾਬ ਵਿੱਚ ਬਦਲਾਅ ਆਵੇ, ਹਾਂਜੀ, ਜਿਹੜੀਆਂ ਵੋਟਾਂ ਐਤਕੀ ਪੈਣੀਆਂ, ਲੋਕਾਂ ਦੇ ਲਈ ਕੀ ਸੁਨੇਹਾ ਆ ਕਿ ਲੋਕ ਕੀ ਸੋਚ ਕੇ ਜਾਣ? ਇਮਾਨਦਾਰ ਬੜੇ ਚਿਹਰੇ ਨਜ਼ਰ ਆ ਰਹੇ ਨੇ ਇੱਥੇ ਪੰਜਾਬ ਦੇ ਵਿੱਚ।
हाँ जी देखो, लोग ये सोच के जान के लंबे दा तो सियासत हैगी है, वो जेडी जेडी विभाजन कारी फुट पाऊ लोगों विचकार, एक फिरकियां दे विचकार जो फुट पाने वाली सियासत हैगी है, जो एक खास तरह का राज खास तरह की धार्मिक सत्ता स्थापित करने की सियासत हैगी है, चाहे किसी वालों भी हो, चाहे वह हमायती लुकवे हो, चाहे वह हमायती नंगे चिट्टे हो, चाहे वह खुद होनू हराना चाहिए पंजाब के लोगों को, और पंजाब के विरसे विरासत के अनुकूल ही वोट पानी चाहिए है। जी विभाजनकारी वंड पाऊ सियासत है, जी फिरका प्रस्त सियासत हैगी है, तो और जो हिंदुस्तान में एक राष्ट्रवादी सियासत के झंडे च एको रंग च रंगने की कोशिश करने की सियासत है, तो जो सहयोगियों की जो सहयोगी ने उन्होंने सारे पांच देनी चाहिए है, भजाना चाहिए पंजाब चो, ताकि पंजाब अपनी अपने विरसे के मुताबिक सियासत का ढंग चुन सके। थैंक जी शुक्रिया डॉक्टर साहब, बहुत धन्यवाद थोड़ा। यू जी, थैंक यू।